रेडी स्टार्ट ਭਾਰਤ ਦਾ ਥੀਮ ਦੁਨੀਆ ਦੇ ਲੀਡਰਾਂ ਦੇ ਨਾਲ-ਨਾਲ ਆਲਮੀ ਨਾਗਰਿਕਾਂ ਨੂੰ ਸਭ ਤੋਂ ਛੋਟੇ ਸੂਖਮ ਜੀਵ ਤੋਂ ਲੈ ਕੇ ਸਭ ਤੋਂ ਵੱਡੇ ਸੱਭਿਆਤਾ ਤਮਕ ਪਰਿਆਵਰਣ ਪ੍ਰਣਾਲੀ ਤੱਕ ਅਤੇ ਕਿਵੇਂ ਇਹ ਸਾਂਝਾ ਭਵਿੱਖ ਬਰਾਬਰ ਜ਼ਿੰਮੇਵਾਰੀ ਅਤੇ ਵਿਅਕਤੀਗਤ ਦਖਲਅੰਦਾਜ਼ੀ ਨੂੰ ਜਨਮ ਦਿੰਦਾ ਹੈ ਦੇ ਸਾਰੇ ਜੀਵਨ ਰੂਪਾਂ ਦੇ ਆਪਸ ਵਿੱਚ ਜੁੜੇ ਹੋਣ ਦੀ ਯਾਦ ਦਿਵਾਨ ਦੀ ਉਮੀਦ ਕਰਦਾ ਹੈ ਡੰਡੀ ਭਾਰਤ ਦਾ ਜੀ ਵੀ ਲੋਗੋ ਵੀ ਇਸੇ ਤਰ੍ਹਾਂ ਦੇ ਫਲਸਫੇ ਦੀ ਗੱਲ ਕਰਦਾ ਹੈ ਡੰਡੀ ਕਮਲ ਜੋ ਕਿ ਦੇਸ਼ ਦਾ ਰਾਸ਼ਟਰੀ ਫੁੱਲ ਹੈ ਅਤੇ ਮੁਸੀਬਤਾਂ ਦੇ ਵਿੱਚ ਵੀ ਵਿਕਾਸ ਦਾ ਪ੍ਰਤੀਕ ਹੈ ਵਿੱਚ ਲਿਪਟੀ ਹੋਈ ਪ੍ਰithvi ਦੀ ਤਸਵੀਰ ਅਸਲ ਵਿੱਚ ਜੀਵਨ ਪ੍ਰਤੀ ਭਾਰਤ ਦੀ ਗ੍ਰਹਿ ਪੱਖੀ ਪਹੁੰਚ ਦੀ ਗੱਲ ਕਰਦੀ ਹੈ ਅਤੇ ਲੋਗੋ ਦਾ ਕੇਸਰੀ ਚਿੱਟੇ ਅਤੇ ਹਰੇ ਰੰਗ ਦਾ ਸ਼ਾਨਦਾਰ ਮਿਸ਼ਰਣ ਵਿਵਿਦਤਾ ਅਤੇ ਸ਼ਮੂਲੀਅਤ ਦੇ ਸਿਧਾਂਤਾਂ ਨੂੰ ਦਰਸਾਉਂਦਾ ਹੈ ਜੋ ਕਿ ਇਸ ਦੀ ਸਭਿਆਚਾਰਕ ਨੈਤਿਕਤਾ ਨੂੰ ਰੇਖਾਂਕਿਤ ਕਰਦਾ ਹੈ ਟੰਡੀ ਭਾਰਤ ਲੰਬੇ ਸਮੇਂ ਤੋਂ ਯੂਨੀਵਰਸਲ ਸਦਭਾਵਨਾ ਅਤੇ ਸਹਿਯੋਗ ਦਾ ਪੂਰਕ ਰਿਹਾ ਹੈ ਅਤੇ ਅੱਗੇ ਵੀ ਰਹੇਗਾ ਟੰਡੀ ਲਾਈਫ ਵਾਤਾਵਰਣ ਲਈ ਲਾਈਫ ਸਟਾਈਲ ਦਾ ਸੰਕਲਪ ਇਨ੍ਹਾਂ ਸਿਧਾਂਤਾਂ ਨਾਲ ਨੇੜਿਓਂ ਜੁੜਿਆ ਹੋਇਆ ਹੈ ਅਤੇ ਇਸ ਨੂੰ ਨਵੰਬਰ 2021 ਵਿੱਚ ਗਲਾਸਗੋ ਵਿੱਚ COP 26 ਵਿੱਚ ਪ੍ਰਧਾਨ ਮੰਤਰੀ ਦੁਆਰਾ ਪੇਸ਼ ਕੀਤਾ ਗਿਆ ਸੀ ਡੰਡੀ ਪਿਛਲੇ ਮਹੀਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਦੁਆਰਾ ਇਸ ਮਿਸ਼ਨ ਨੂੰ ਸਟੈਚੂ ਆਫ ਯੂਨਿਟੀ ਗੁਜਰਾਤ ਵਿਖੇ ਅਧਿਕਾਰਿਕ ਤੌਰ ਤੇ ਲਾਂਚ ਕੀਤਾ ਗਿਆ ਸੀ ਡੰਡੀ 1 ਮਿੰਟ ਬ੍ਰੇਕ रेडी ਪੈਰਾ ਸਟਾਰਟ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅੰਦੋਲਨ ਦਾ ਸਮੁੱਚਾ ਉਦੇਸ਼ ਜਲਵਾਯੂ ਤਬਦੀਲੀ ਦੇ ਵਿਰੁੱਧ ਲੜਾਈ ਦਾ ਲੋਕਤੰਤਰੀਕਰਨ ਕਰਨਾ ਹੈ ਜਿਸ ਵਿੱਚ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾ ਸਕਦਾ ਹੈ ਡੰਡੀ ਸਮਾਜਿਕ ਅਤੇ ਵਿਅਕਤੀਗਤ ਦੋਹਾ ਪੱਧਰਾਂ ਤੇ ਖਪਤ ਅਤੇ ਉਤਪਾਦਨ ਦੇ ਪੈਟਰਨ ਵਿੱਚ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਈਫ ਤੋਂ ਉਮੀਦ ਹੈ ਕਿ ਇਹ ਦੁਨੀਆ ਭਰ ਵਿੱਚ ਵੱਡੇ ਪੱਧਰ ਤੇ ਵਾਤਾਵਰਣ ਲਈ ਟਿਕਾਊ ਪ੍ਰਥਾਵਾਂ ਨੂੰ ਉਤਸ਼ਾਹਿਤ ਕਰੇਗਾ ਡੰਡੀ ਆਪਣੀ ਜੀਵੀ ਪ੍ਰੈਜ਼ੀਡੈਂਸੀ ਦੇ ਤਹਿਤ ਭਾਰਤ ਨੂੰ ਪ੍ਰਾਚੀਨ ਸਭਿਅਤਾ ਨਾਲ ਸੰਬੰਧਤ ਆਪਣੇ ਸੁਮੇਲ ਦਰਸ਼ਨ ਅਤੇ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲੇਗਾ ਜਿਨ੍ਹਾਂ ਨੇ ਪੀੜੀ ਦਰ ਪੀੜੀ ਧਰਤੀ ਨਾਲ ਆਪਣਾ ਸਮੁੱਚਾ ਰਿਸ਼ਤਾ ਕਾਇਮ ਰੱਖਿਆ ਹੈ ਟੰਡੀ ਟਿਕਾਊ ਵਿਵਹਾਰਾਂ ਦਾ ਸਮ੍ਰਿੱਧ ਇਤਿਹਾਸ ਭਾਰਤ ਨੂੰ ਜਲਵਾਯੂ ਅਤੇ ਵਿਕਾਸ ਏਜੰਡੇ ਦੇ ਲੋਕਤੰਤਰੀਕਰਨ ਬਾਰੇ ਗੱਲ ਕਰਨ ਲਈ ਵਿਲੱਖਣ ਸਥਿਤੀ ਵਿੱਚ ਰੱਖਦਾ ਹੈ ਡੰਡੀ ਡਿਜੀਟਲ ਮੋਰਚੇ ਤੇ ਭਾਰਤ ਇੱਕ ਮਿਸਾਲ ਕਾਇਮ ਕਰਕੇ ਅਗਵਾਈ ਕਰਨ ਲਈ ਤਿਆਰ ਹੈ ਡੰਡੀ ਇਸ ਦੀ ਡਿਜੀਟਲ ਸਫਲਤਾ ਦੀ ਕਹਾਣੀ ਖੁਦ ਬ ਖੁਦ ਬੋਲਦੀ ਹੈ ਅਤੇ ਟੈਕਨੋਲੋਜੀ ਦੁਆਰਾ ਸੰਚਾਲਿਤ ਹੱਲਾ ਲਈ ਮਾਨਵ ਕੇਂਦਰਿਤ ਪਹੁੰਚ ਵਿੱਚ ਇਸ ਦਾ ਮੁੱਖ ਵਿਸ਼ਵਾਸ ਪਬਲਿਕ ਡਿਜੀਟਲ ਇਨਫਰਾਸਟ੍ਰਕਚਰ ਵਿੱਤੀ ਸਮਾਵੇਸ਼ ਅਤੇ ਖੇਤੀਬਾੜੀ ਤੋਂ ਸਿੱਖਿਆ ਤੱਕ ਟੈਕ ਸਮਰਥਿਤ ਵਿਕਾਸ ਜਹੇ ਪ੍ਰਮੁੱਖ ਖੇਤਰਾਂ ਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਦੀ ਸੁਵਿਧਾ ਪ੍ਰਦਾਨ ਕਰ ਸਕਦਾ ਹੈ ਟੰਡੀ ਇੱਕ ਦੇਸ਼ ਦੇ ਰੂਪ ਵਿੱਚ ਜੋ ਦੁਨੀਆ ਵਿੱਚ ਸਭ ਤੋਂ ਵੱਧ ਰੀਅਲ ਟਾਈਮ ਡਿਜੀਟਲ ਲੈਣ ਦੇਣ ਕਰਦਾ ਹੈ 2022 ਤੱਕ ਸਟਾਪ